सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਖਬਰਾਂ ਦੀ ਸ਼ੁਰੂਆਤ ਇਸ ਵੇਲੇ ਦੀ ਵੱਡੀ ਅਪਡੇਟ ਦੇ ਨਾਲ। ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕਰੋਨਾ ਵਾਇਰਸ ਜਲੰਧਰ 'ਚ ਵੀ ਘਾਤਕ ਹੁੰਦਾ ਜਾ ਰਿਹਾ ਹੈ। ਅੱਜ ਮੰਗਲਵਾਰ ਨੂੰ ਜਲੰਧਰ 'ਚ 8 ਨਵੇਂ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਕਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਕਰੋਨਾ ਨਾਲ ਮਰਨ ਵਾਲੇ ਵਿਅਕਤੀ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਜੋ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਚੁੱਕੀ ਹੈ। अगली दुखदाई खबर मोहाली तो है जिथे PTC दे सीनियर पत्रकार दविंदर पाल सिंह दा देहांत हो गया है। दसा जा रहा है कि कोरोना वायरस दे चलदिया उन्हां दी मौत हुई है। COVID-19 कारण उन्हां दी किडनी अते फेफड़े इनफेक्टेड हो गए सन अते ओह वेंटीलेटर दे सहारे साह लै रहे सन। किडनी ट्रांसप्लांट कारण उन्हां दी इम्यूनिटी कमजोर सी। दविंदर पाल सिंह PTC न्यूज अमेरिका दे हेड वजो न्यूयॉर्क च सेवावां निभा रहे सन। ओह PTC चैनल दे फाउंडर मुलाजम भी सन। पिछले एक साल तो ओह भारत दे विच ही सन। उन्होंने मोहाली दे एक निजी हस्पताल विच तड़के 2 बजे आखिरी साह लिया। ओह किडनी नाल जुड़िया समस्यावां नाल जूझ रहे सन। कुछ साल पहला उन्होंने पिता ने उन्होंने अपनी किडनी दान की सी। ਗੁਰਦਾਸਪੁਰ ਦੇ ਪਿੰਡ ਝੰਡੇ ਚੱਕ ਵਿਖੇ ਪੁਲਿਸ ਤੇ ਵਰਦੀ ਚਾਏ ਲੁਟੇਰਿਆਂ ਵੱਲੋਂ ਇੱਕ ਦੁਕਾਨ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਿਕ ਉਕਤ ਦੁਕਾਨ ਦੇ ਵਿੱਚੋਂ ਲੁਟੇਰੇ 50,000 ਰੁਪਏ, 1 ਸੋਨੇ ਦੀ ਚੇਨ ਸਮੇਤ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਉਹ CCTV ਕੈਮਰੇ ਦੀ ਡਿਸਕ ਵੀ ਆਪਣੇ ਨਾਲ ਲੈ ਗਏ ਨੇ। ਫਿਲਹਾਲ ਪੁਲਿਸ ਵੱਲੋਂ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਫੀਸ ਵਿਵਾਦ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਨਿੱਜੀ ਸਕੂਲਾਂ ਨੂੰ ਐਡਮਿਸ਼ਨ ਫੀ ਵਸੂਲਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਸਕੂਲ ਫੀਸ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸੀ। ਇਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਫੈਸਲਾ ਲੈ ਲਿਆ ਕਿ ਸਕੂਲ ਬੱਚਿਆਂ ਤੋਂ ਟਿਊਸ਼ਨ ਫੀ ਵਸੂਲ ਕਰ ਸਕਦੇ ਨੇ ਪਰ ਸਕੂਲ ਵਧੀ ਹੋਈ ਫੀ ਨਹੀਂ ਲੈਣਗੇ। ਸਕੂਲ ਪਿਛਲੇ ਸਾਲ ਵਾਲੀ ਫੀਸ ਹੀ ਲੈ ਸਕਦੇ ਨੇ। ਫੀਸ ਨਾ ਭਰ ਸਕਣ ਵਾਲੇ ਮਾਪੇ ਆਪਣੀ ਵਿੱਤੀ ਹਾਲਤ ਦਾ ਪ੍ਰੂਫ ਦੇਣਗੇ। ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਕੂਲ ਪ੍ਰਬੰਧਨ ਨੂੰ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਚਾਰਜ ਵਸੂਲ ਸਕਦੇ ਨੇ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ ਬਲਕਿ ਉਹਨਾਂ ਨੂੰ ਸਿਰਫ ਵਿੱਤੀ ਵਰ੍ਹੇ 2019-20 ਦਾ ਫੀਸ ਵਿਵਸਥਾ ਹੀ ਅਪਣਾਉਣਾ ਪਏਗਾ। ਜੇ ਕੋਈ ਮਾਪੇ ਸਕੂਲ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ ਹੈ ਤਾਂ ਉਹ ਸਕੂਲ ਨੂੰ ਵੱਖਰੀਆਂ ਦਰਖਾਸਤਾਂ ਦੇ ਸਕਦੇ ਨੇ ਜਿਸ ਵਿੱਚ ਉਹਨਾਂ ਨੂੰ ਆਪਣੀ ਵਿੱਤੀ ਸਥਿਤੀ ਦਾ ਸਬੂਤ ਦੇਣਾ ਹੋਏਗਾ। ਅਦਾਲਤ ਨੇ ਕਿਹਾ ਕਿ ਜੇ ਕੋਈ ਸਕੂਲ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ ਤਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪ੍ਰਮਾਣ ਦੇ ਨਾਲ ਆਪਣੀ ਨੁਮਾਇੰਦਗੀ ਦੇ ਸਕਦਾ ਹੈ ਜਿਸ ਉੱਤੇ 3 ਹਫ਼ਤਿਆਂ ਵਿੱਚ ਫੈਸਲਾ ਕਰਨਾ ਪਏਗਾ। ਇਹਨਾਂ ਨੇ ਇਹ ਵੀ ਕਹਿਤਾ ਕਿ ਚਾਹੇ ਤੁਸੀਂ ਕਲਾਸਾਂ ਲਾਈਆਂ ਹੋਣ ਚਾਹੇ ਔਨਲਾਈਨ ਕਲਾਸਾਂ ਨਾ ਲਾਈਆਂ ਹੋਣ ਫਿਰ ਵੀ ਸਕੂਲ ਟਿਊਸ਼ਨ ਫੀ ਤੋਂ ਇਲਾਵਾ ਬੱਸਾਂ ਦਾ ਜਿਹੜਾ ਖਰਚਾ ਕੀਤਾ ਉਹ ਲੈ ਸਕਦੇ ਨੇ। ਐਡਮਿਸ਼ਨ ਫੀ ਵੀ ਲੈ ਸਕਦੇ ਨੇ ਹਾਲਾਂਕਿ ਐਡਮਿਸ਼ਨ ਤਾਂ ਕੋਈ ਹੋਈ ਨਹੀਂ ਸਕੂਲ ਖੁੱਲ੍ਹੇ ਨਹੀਂ ਅਗਲੇ ਸੈਸ਼ਨ ਲਈ। ਉਸ ਦੇ ਬਾਵਜੂਦ ਕਿਹਾ ਕਿ ਐਡਮਿਸ਼ਨ ਫੀ ਵੀ ਲੈ ਸਕਦੇ ਸਕੂਲ ਜਿੰਨਾ ਮਰਜ਼ੀ ਆਪਣਾ ਖਰਚਾ ਵਧਾ ਕੇ ਦੱਸ ਦੇ ਵੀ ਇੰਨਾ ਖਰਚਾ ਹੋ ਗਿਆ ਉਨਾ ਦੇਰ ਤਾਂ ਲੈ ਸਕਦੇ। ਅਤੇ ਇੱਕ ਗੱਲ ਹੈ ਕਿ ਚਲੋ ਟੀਚਰਾਂ ਨੂੰ ਪੂਰੀ ਸੈਲਰੀ ਮਿਲੇਗੀ ਉਹ ਕਲੋਜ਼ ਇਹਨਾਂ ਨੇ ਕੁਛ ਲਾਇਆ ਨਹੀਂ। ਬੱਚਿਆਂ ਨੂੰ ਕੱਢਣ ਦੇ ਇੰਨਾ ਕੀ ਕਲੋਜ਼ ਹੈ ਕਿ ਬੱਚਿਆਂ ਨੂੰ ਨਹੀਂ ਕੱਢ ਸਕਦੇ ਔਰ ਮਗਰ ਬੱਚਿਆਂ ਦੇ ਪੇਰੈਂਟਸ ਦੀ ਫਰਿਆਦ ਉਹਨਾਂ ਸਕੂਲਾਂ ਦੇ ਅੱਗੇ ਰੱਖ ਕੇ ਕਿ ਤੁਸੀਂ ਸਕੂਲ ਹੀ ਉਹ ਕੰਸਿਡਰ ਕਰੇਗਾ ਤੁਹਾਡੀ ਐਪਲੀਕੇਸ਼ਨ ਕਿ ਪੇਰੈਂਟਸ ਦੇ ਕੋਲ ਉਨਾ ਇਨਕਮ ਹੈ ਕਿ ਨਹੀਂ ਹੈ। ਹੁਣ ਸਪਸ਼ਟ ਹੈ ਕਿ ਜਿਹੜੇ ਸਕੂਲ ਪ੍ਰੋਫਿਟ ਮੋਟਿਵ ਨਾਲ ਚੱਲਦੇ ਨੇ ਫਾਇਦੇ ਦੇ ਮੋਟਿਵ ਨਾਲ ਚੱਲਦੇ ਨੇ ਮੁਨਾਫੇ ਦੇ ਮੋਟਿਵ ਨਾਲ ਚੱਲਦੇ ਨੇ ਉਹ ਕਿਉਂ ਕਿਸੇ ਪੇਰੈਂਟਸ ਨੂੰ ਕੰਸੈਸ਼ਨ ਦੇਣਗੇ। ਉਹ ਤਾਂ ਆਲਰੇਡੀ ਬੱਚਿਆਂ ਨੂੰ ਤੰਗ ਕਰ ਰਹੇ ਨੇ ਵਟਸਐਪ ਭੇਜ ਕੇ 1,000 ਹੋਟਲਾਂ ਕਰਕੇ ਤੰਗ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਡੈਮੇਜ ਕਰਕੇ ਉਹਨਾਂ ਦੇ ਪ੍ਰੈਸ਼ਰ ਪਾ ਕੇ ਕਹਿ ਰਹੇ ਕਿ ਉਸ ਵਿੱਚ ਫੀਸਾਂ ਦਿਓ। ਸੋਸ਼ਲ ਮੀਡੀਆ ਐਪ ਟਿਕਟੌਕ ਦਾ ਹਰ ਕੋਈ ਦੀਵਾਨਾ ਸੀ। ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਇਸ ਐਪ ਤੇ ਪੋਸਟ ਕੀਤੀਆਂ ਜਾਂਦੀਆਂ ਸਨ ਪਰ ਹੁਣ ਇਹ ਐਪ ਭਾਰਤ 'ਚ ਨਹੀਂ ਚੱਲੇਗੀ। ਜੀ ਹਾਂ, ਭਾਰਤ ਸਰਕਾਰ ਨੇ ਸੋਮਵਾਰ ਸ਼ਾਮ ਨੂੰ ਚੀਨ ਨਾਲ ਸੰਬੰਧਿਤ 59 ਮੋਬਾਈਲ ਐਪਸ ਤੇ ਪਾਬੰਦੀ ਲਾ ਦਿੱਤੀ ਹੈ ਜਿਨ੍ਹਾਂ ਵਿੱਚੋਂ ਟਿਕਟੌਕ ਵੀ ਇੱਕ ਸੀ। ਭਾਰਤ ਸਰਕਾਰ ਨੇ ਇਹਨਾਂ ਚੀਨੀ ਐਪਸ ਤੇ ਪਾਬੰਦੀ ਅਜਿਹੇ ਸਮੇਂ ਤੇ ਲਾਈ ਹੈ ਜਦੋਂ ਲਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਤੇ ਚੀਨ ਅਤੇ ਭਾਰਤ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਅਤੇ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧ
ਗੱਲਾਂ ਤਣਾਅਪੂਰਨ ਬਣੀ ਹੋਈ ਨੇ। ਦੱਸ ਦਈਏ ਕਿ ਭਾਰਤ 'ਚ ਟਿਕਟੋਕ ਦੇ 20 ਕਰੋੜ ਤੋਂ ਵਧੇਰੇ ਉਪਯੋਗਕਰਤਾ ਨੇ। ਵੱਡੀ ਗਿਣਤੀ ਵਿੱਚ ਲੋਕ ਇਸ ਐਪ ਨਾਲ ਜੁੜੇ ਹੋਏ ਸਨ। ਉਧਰ ਅਕਾਲੀ ਦਲ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਆਪਣੀ ਹੀ ਭਾਈਵਾਲ ਪਾਰਟੀ ਬੀਜੇਪੀ ਖਿਲਾਫ ਪ੍ਰਦਰਸ਼ਨ ਕਰੇਗਾ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਤੇ ਕਾਂਗਰਸ ਸਰਕਾਰ ਵੱਲੋਂ ਲੱਖਾਂ ਨੀਲੇ ਰਾਸ਼ਨ ਕਾਰਡਾਂ ਨੂੰ ਕੱਟਣ ਵਿਰੁੱਧ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਰਾਜ ਪੱਧਰੀ ਰੋਸ ਪ੍ਰਦਰਸ਼ਨ ਕਰੇਗੀ। ਸੀਨੀਅਰ ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਪਾਰਟੀ ਆਗੂ ਅਤੇ ਵਰਕਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੇਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੀ ਸਾਰੀ ਲੀਡਰਸ਼ਿਪ ਨਾਲ ਯਾਦ ਕਰਾਂ ਵਟਾਂਦਰਾ ਕੱਪ ਤੋਂ ਬਾਅਦ ਫੈਸਲਾ ਕੀਤਾ ਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ, ਪੈਟਰੋਲ ਦੀਆਂ ਵੀ, ਡੀਜ਼ਲ ਦੀਆਂ ਵੀ, ਔਰ ਜਿਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਸੂਬੇ ਦੇ ਵੈਟ ਦਾ। ਪਹਿਲਾਂ ਕੇਂਦਰ ਸਰਕਾਰ ਦਾ ਰੇਟ ਵਧਿਆ, ਫਿਰ ਸੂਬੇ ਨੇ ਬਹੁਤ ਵੱਡਾ ਬੋਝ ਜਿਹੜਾ ਉਸ ਤੋਂ ਅੱਗੇ ਡੀਜ਼ਲ ਅਤੇ ਪੈਟਰੋਲ ਦੋਨਾਂ ਦੇ ਪਾਇਆ। ਇੱਕ ਤਾਂ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਪਿੰਡ ਪੱਧਰ 'ਤੇ ਪ੍ਰੋਟੈਸਟ ਕਰਨ ਵਾਸਤੇ, ਇੱਕ ਜਿਹੜੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਉਹਨਾਂ ਦੇ ਹੱਕ ਦੇ ਵਿੱਚ ਮੁਲਾਜ਼ਮਤ ਕਰਨ ਵਾਸਤੇ ਅਸੀਂ 7 ਤਰੀਕ ਨੂੰ 1 ਘੰਟੇ ਦਾ ਰੋਸ ਮੁਜ਼ਾਹਰਿਆਂ ਦਾ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਰੱਖਿਆ, ਜਿਹਦੇ ਵਿੱਚ ਜਿਹੜੇ ਸਾਡੇ ਪਾਰਟੀ ਦੇ ਸਾਰੇ ਹਿੱਸੇ ਪੱਧਰ 'ਤੇ ਵੱਡੇ ਪੱਧਰ 'ਤੇ ਆਗੂ ਥਾਂ ਥਾਂ ਦੇ ਉੱਤੇ ਜਿਹੜੇ ਆ 10 ਵਜੇ ਤੋਂ ਲੈ ਕੇ 11 ਵਜੇ ਤੱਕ ਰੋਸ ਮੁਜ਼ਾਹਰੇ ਕਰਨਗੇ ਔਰ ਲੋਕਾਂ ਨੂੰ ਸੁਚੇਤ ਕਰਨਗੇ ਕਿ ਕਿੱਡਾ ਵੱਡਾ ਬੋਝ ਜਿਹੜਾ ਪੰਜਾਬ ਦੀ ਸਰਕਾਰ ਨੇ ਵੀ ਪਾਇਆ, ਦਿੱਲੀ ਦੇ ਵਿੱਚ ਜਿਹੜੀ ਦਿੱਲੀ ਦੀ ਸਰਕਾਰ ਹੈ ਪ੍ਰਦੇਸ਼ ਦੀ, ਉੱਥੇ ਇਹ ਹਾਲ ਹੋ ਗਿਆ ਕਿ ਡੀਜ਼ਲ ਦੇ ਰੇਟ ਪੈਟਰੋਲ ਨਾਲ ਵੀ ਵੱਧ ਗਏ, ਕਿਉਂਕਿ 30% ਵੈਟ ਡੀਜ਼ਲ ਦੇ ਉੱਤੇ ਵੀ ਅਤੇ ਪੈਟਰੋਲ ਦੇ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲਾ। ਇਸ ਕਰਕੇ ਅਸੀਂ ਸੂਬੇ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ, ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਰੇਟ ਘਟਾਏ ਜਾਣ, ਕਿਉਂਕਿ ਕੋਵਿਡ ਕਰਕੇ ਅੱਗੇ ਹੀ ਲੋਕਾਂ ਹੀ ਬਹੁਤ ਵੱਡੀ ਆਰਥਿਕ ਮਾਰ ਦੇ ਵਿੱਚੋਂ ਨਿਕਲ ਰਹੇ ਆ ਔਰ ਇਹ ਜਿਹੜਾ ਵੱਡਾ ਬੋਝ ਹੈ ਇਹ ਸਾਰੇ ਵਰਗਾਂ ਦੇ ਉੱਤੇ ਬੜਾ ਵੱਡਾ ਬੋਝ ਹੈ। ਇਸ ਕਰਕੇ ਇਹਦੇ ਖਿਲਾਫ਼ 7 ਤਰੀਕ ਨੂੰ 10 ਵਜੇ ਤੋਂ 11 ਵਜੇ ਤੱਕ 1 ਘੰਟਾ ਸਾਰੇ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਮੁਜ਼ਾਹਰੇ ਦਾ ਪ੍ਰੋਗਰਾਮ ਦਿੱਤਾ। ਕੋਰੋਨਾ ਮਹਾਮਾਰੀ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਜ਼ਿਲ੍ਹੇ ਵਿੱਚ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ। ਜ਼ਿਲ੍ਹਾ ਸੰਗਰੂਰ ਅੰਦਰ ਪਹਿਲਾਂ 206 ਕੇਸ ਕੋਰੋਨਾ ਦੇ ਪੋਜ਼ਿਟਿਵ ਪਾਏ ਗਏ ਸਨ ਅਤੇ ਅੱਜ 35 ਨਵੇਂ ਕੇਸ ਆਉਣ ਨਾਲ ਇਹਨਾਂ ਦੀ ਗਿਣਤੀ ਵੱਧ ਕੇ 241 ਹੋ ਚੁੱਕੀ ਹੈ। ਜਾਣਕਾਰੀ ਦੇ ਅਨੁਸਾਰ ਸੰਗਰੂਰ ਦੇ ਵੱਖ ਵੱਖ ਥਾਵਾਂ ਤੇ 35 ਕੇਸ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ ਮਲੇਰਕੋਟਲਾ 7, ਸੰਗਰੂਰ 12, ਮੂਨਕ 11, ਫਤਿਹਗੜ੍ਹ 5 ਕਰੀਆਂ 1, ਸ਼ੇਰਪੁਰ 2, ਲੌਂਗਵਾਲ 1 ਅਤੇ ਅਮਰਗੜ੍ਹ ਵਿਖੇ 1 ਕੇਸ ਪੋਜ਼ਿਟਿਵ ਪਾਇਆ ਗਿਆ ਹੈ। ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਪੋਜ਼ਿਟਿਵ ਕੇਸਾਂ ਦੇ ਵਧਣ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮਲੇਰਕੋਟਲਾ ਸ਼ਹਿਰ ਨੂੰ 2 ਦਿਨਾਂ ਲਈ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ, ਪਰ ਮੈਡੀਕਲ ਸਟੋਰ ਤੇ ਕੁਝ ਹੋਰ ਵਸਤਾਂ ਦੀ ਸਪਲਾਈ ਲਈ ਕੁਝ ਸਮੇਂ ਵਾਸਤੇ ਛੋਟ ਵੀ ਦਿੱਤੀ ਗਈ ਹੈ। ਕੋਰੋਨਾ ਪੀੜਤਾਂ ਨਾਲ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ 2084 ਹੋਰ ਲੋਕਾਂ ਦੇ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਦੇ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 85,000 ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਰਾਜਧਾਨੀ 'ਚ ਹੁਣ ਤੱਕ 2680 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਦੇ ਅਨੁਸਾਰ ਸੋਮਵਾਰ ਨੂੰ ਮਨਾਹੀ ਵਾਲੇ ਖੇਤਰ ਦੀ ਗਿਣਤੀ ਵੀ ਵੱਧ ਕੇ 435 ਹੋ ਗਈ ਹੈ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਦਿੱਲੀ 'ਚ ਇੱਕ ਦਿਨ 'ਚ ਸਭ ਤੋਂ ਜ਼ਿਆਦਾ 3,947 ਨਵੇਂ ਮਾਮਲੇ ਸਾਹਮਣੇ ਆਏ ਸਨ। ਬੁਲੇਟਿਨ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ 57 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 2680 ਲੋਕਾਂ ਨੇ ਇਸ ਮਹਾਮਾਰੀ 'ਚ ਜਾਨ ਗੁਆ ਲਈ ਹੈ, ਜਦਕਿ ਕੁੱਲ ਪੋਜ਼ਿਟਿਵ ਕੇਸਾਂ ਦੀ ਗਿਣਤੀ 85,161 ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਦਿੱਲੀ 'ਚ 26,246 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ 56,235 ਮਰੀਜ਼ ਠੀਕ ਹੋ ਚੁੱਕੇ ਨੇ।